ਹੈਲੋ, ਸਤਿ ਸ਼੍ਰੀ ਅਕਾਲ, ਨਮਸਕਾਰ, ਸਲਾਮ ਦੋਸਤੋ। ਅਤੇ ਅੱਜ ਗੱਲ ਕਰਦੇ ਹਾਂ ਦਲਜੀਤ ਦੋਸਾਂਝ ਦੀ ਕਿ ਇਹ ਲੋਕ ਕਿੱਦਾਂ ਸਮਝਦੇ ਆ ਕਿ ਲੋਕ ਭੁੱਲ ਜਾਂਦੇ ਆ ਅਤੇ ਉਹਦਾ ਨਜਾਇਜ਼ ਫਾਇਦਾ ਕਿਵੇਂ ਉਠਾਉਂਦੇ ਆ, ਕੋਈ ਵੀ ਸਿੰਗਰ ਹੋਵੇ। ਦਲਜੀਤ ਦੋਸਾਂਝ ਨੇ ਥੋੜ੍ਹੇ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਹੈ ਕਿ ਮੇਰਾ ਇੱਕ ਜਿਹੜਾ ਗਾਣਾ ਆਇਆ ਸੀ ਲੱਕ 28 ਕੁੜੀ ਦਾ, 47 ਵੇਟ ਕੁੜੀ ਦਾ, ਕਿ ਉਸ ਗਾਣੇ ਦੇ ਕਾਫ਼ੀ ਟਾਈਮ ਚੱਲਣ ਤੋਂ ਬਾਅਦ, ਸਾਲ ਜਾਂ ਦੋ ਸਾਲ ਕਹਿੰਦਾ, ਦੋ ਸਾਲ ਚੱਲਣ ਤੋਂ ਬਾਅਦ ਜਿਹੜੇ ਮੇਰੇ ਪ੍ਰੋਫੈਸ਼ਨਲ ਵਿਰੋਧੀ ਸੀ ਉਹਨਾਂ ਨੇ ਮੁੱਦਾ ਚੱਕਤਾ ਅਤੇ ਲੋਕਾਂ ਨੇ ਚੱਕ ਲਿਆ, ਅਤੇ ਜੇ ਸਿੱਖ ਵਿਰੋਧੀਆਂ ਨੇ ਮੁੱਦਾ ਚੱਕ ਲਿਆ ਅਤੇ ਧਰਨੇ ਦੇਣੇ ਸ਼ੁਰੂ ਕਰਤੇ। ਇਹ ਗੱਲ ਦਲਜੀਤ ਸਾਹਿਬ ਬਿਲਕੁਲ ਝੂਠ ਹੈ। ਤੁਸੀਂ ਜੇ ਇੱਦਾਂ ਕਰਦੇ ਹੋ ਤਾਂ ਤੁਸੀਂ ਇੱਕ ਗੱਲ ਸੋਚ ਲਓ ਵੀ ਤੁਹਾਡੀਆਂ ਇਹ ਗੱਲਾਂ ਯਾਦ ਦਿਲਾਉਣ ਲਈ ਕੋਈ ਨਾ ਕੋਈ ਆ ਗਿਆ। ਮੈਂ ਤੁਹਾਡੀਆਂ ਗੱਲਾਂ ਯਾਦ ਦਿਲਾਉਣ ਲਈ ਆਇਆ, ਤੁਹਾਡੇ ਨਾਲ ਮੈਂ ਕੰਮ ਕਰ ਚੁੱਕਾ, ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿੱਦਾਂ ਦੇ ਆ। ਜਿਹੜੀ ਪਬਲਿਕ ਹੈ ਜੇ ਇਹਨੂੰ ਬਾਹਲਾ ਸਾਊ ਸਮਝਦੀ ਹੈ, ਤਾਂ ਮੈਂ ਇੱਕ ਸਕਰੀਨਸ਼ੋਟ ਲਾ ਰਿਹਾ, ਦੇਖ ਲਓ ਵੀ ਇਹਦੇ ਵਿੱਚ ਮੁੰਬਈ ਸਬਜ਼ੀਆਂ ਖਰੀਦਣ ਗਿਆ ਡੱਬੇ, ਇਹ ਡਰਾਮੇ ਇੰਨੇ ਕੁ ਕਰਨ ਲੱਗ ਪਏ ਭੁੱਲ ਜਾਂਦਾ, ਆਹ ਡੱਬਿਆਂ ਨੂੰ ਹੀ ਮੱਥਾ ਟੇਕੀ ਜਾਂਦਾ, ਆਹ ਦੇਖ ਲਓ ਦੀਦਾ ਤੁਹਾਨੂੰ, ਹੈ ਨਾ। ਇਹ ਚੀਜ਼ਾਂ ਸਮਝੋ, ਇਹ ਬੰਦੇ ਦਾ ਗਾਣਾ ਆਇਆ ਲੱਕ 28 ਕੁੜੀ ਦਾ, 47 ਵੇਟ ਕੁੜੀ ਦਾ, ਚੱਲਦਾ ਰਿਹਾ ਗਾਣਾ, ਅੱਛਾ ਚੱਲਿਆ ਜੀ। ਉਸ ਤੋਂ ਬਾਅਦ ਇਹਨੇ ਕੱਢ ਦਿੱਤਾ ਕਿ ਮੋਹਰੇ ਜੱਟ ਖਾੜਕੂ ਖੜਾ, ਫਿਰ ਇਹਨੇ ਕੱਢਿਆ ਕਿ ਤੂੰ ਇਹ 15 ਸਾਲਾਂ ਤੋਂ ਘੱਟ ਕੁੜੀਏ ਨਹੀਂ, ਕਿੱਦਾਂ ਸਹਿ ਲੈਂਗੀ ਤੂੰ ਸੀਨੇ ਉੱਤੇ ਸੱਟ ਕੁੜੀਏ। ਉਹਦਾ ਮਿਊਜ਼ਿਕ ਇੱਦਾਂ ਦਾ ਸੀ ਵੀ ਲੋਕ ਸ਼ਰੇਆਮ ਗਲਤ ਲੱਗਦਾ ਸੀ। ਫਿਰ ਕਿਸੇ ਨੇ ਗੱਲ ਕੀਤੀ, ਉਹ ਫਿਰ ਇਹ ਧਰਨੇ ਉੱਠੇ, ਫਿਰ ਧਰਨੇ ਲਾਉਣੇ ਸ਼ੁਰੂ ਕੀਤੇ। ਲੱਕ 20 ਵੀ ਵਿੱਚੇ ਹੀ ਆ ਗਿਆ, ਵਿੱਚੇ ਹੀ ਉਹ ਆ ਗਿਆ ਖਾੜਕੂ ਵਾਲਾ ਵੀ, ਫਿਰ ਲੋਕਾਂ ਨੇ ਰੌਲਾ ਪਾਇਆ ਅਤੇ ਰੌਲਾ ਪਾਉਣ ਤੋਂ ਬਾਅਦ ਭਾਈ ਸਾਹਿਬ ਇੱਥੋਂ ਭੱਜ ਗਏ, ਭੱਜੇ ਕੀ ਮਤਲਬ ਚਲੇ ਗਏ, ਇਹਨੂੰ ਫਿਰ ਸਾਂਭਿਆ ਅੱਗੇ ਜਾ ਕੇ ਮੁੰਬਈ ਜੱਗੀ ਸਿੰਘ ਨੇ, ਜੱਗੀ ਸਿੰਘ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਇਹਦਾ। ਫਿਰ ਇਹ ਇਹਨਾਂ ਦਾ ਨਾਂ ਹੋ ਗਿਆ ਉੱਥੇ, ਫਿਲਮ 'ਚ ਵੀ ਉਹਨਾਂ ਨੇ ਹੀ ਕੰਮ ਦਵਾਇਆ, ਜੋ ਕੁਛ ਵੀ ਕਹਿਣ। ਇਹ ਗਾਣੇ ਲਿਖੇ ਵੀ ਕਿਸੇ ਹੋਰ ਦੇ ਹੀ ਸੀ, ਨਾ ਕਿਸੇ ਹੋਰ ਦਾ ਪਾਇਆ ਗਿਆ। ਇਹ ਗੱਲਾਂ ਜਦ ਡੀਪਲੀ ਕਰਾਂਗੇ ਤਾਂ ਇਹਨਾਂ ਨੂੰ ਪਤਾ ਲੱਗ ਜਾਊਗਾ। ਉਸੇ ਤਰ੍ਹਾਂ ਜਿੱਦਾਂ ਸਾਗਰ ਦੀ ਵਹੁਟੀ ਆਇਆ ਗਾਣਾ, ਇਹ ਬੰਦਾ ਕੋਠੇ ਕੋਠੇ ਆ ਜੀ ਮਿੱਤਰਾ ਮੇਰੇ ਉੱਤੇ ਫੁੱਲਾਂ ਵਾਲੀ ਰਜਾਈ ਹੁੰਦੀ, ਇੱਦਾਂ ਦੇ ਗਾਣੇ ਕਈ ਚੀਜ਼ਾਂ ਗਾ ਕੇ ਇਹ ਸਾਗਰ ਦੀ ਵਹੁਟੀ ਵਾਲਾ ਬੰਦਾ ਸਾਗਰ ਹਿੱਟ ਹੋਇਆ। ਅਤੇ ਜਦੋਂ ਹਨੀ ਸਿੰਘ ਚੱਲਿਆ, ਹਨੀ ਸਿੰਘ ਦਾ ਫੁੱਲ ਵਿਰੋਧ ਅਸੀਂ ਹਰ ਸਹੀ ਬੰਦੇ ਦਾ ਕਰਦੇ ਹਾਂ, ਸੱਚ ਬੋਲਣ ਵਾਲਾ ਦਾ ਕਰਦੇ ਹਾਂ, ਜੇ ਕੋਈ ਚੱਲ ਜਾਂਦਾ ਤਾਂ ਉਹਦਾ ਵੀ ਕਰਦੇ ਹਾਂ, ਪੰਜਾਬੀਆਂ ਦੀ ਇਹ ਆਦਤ ਹੈ। ਜਦੋਂ ਉਹ ਚੱਲਿਆ ਤਾਂ ਉਹ ਇੱਕ ਰੈਪ ਬਣਾ ਕੇ ਕਿਸੇ ਨੇ ਪਾਇਆ ਸੀ ਵੀ ਹਨੀ ਸਿੰਘ ਤੂੰ ਤਾਂ ਸਾਗਰ ਦਾ ਮੁੰਡਾ ਲੱਗਦਾ, ਹੈ ਨਾ, ਸਤਨਾਮ ਸਾਗਰ ਦਾ, ਸਤਨਾਮ ਸਾਗਰ ਇਹਨਾਂ ਦਾ ਨਾਂ ਹੈ, ਸਤਨਾਮ ਸਾਗਰ ਦਾ ਮੁੰਡਾ ਲੱਗਦਾ, ਉਹ ਮੈਨੂੰ ਅੱਜ ਵੀ ਯਾਦ ਹੈ, ਪਾ ਦਿੰਦੇ ਆ। ਅਤੇ ਉਹ ਬੰਦੇ ਦਾ ਬਹੁਤ ਵਿਰੋਧ ਉਦੋਂ ਹੁੰਦਾ, ਪਰ ਉਹਦੇ ਤੋਂ ਬਾਅਦ ਕੁਛ ਹੋ ਜਾਂਦਾ ਅਤੇ ਉਹ ਬੰਦਾ ਕਈ ਸਾਲ ਚੁੱਪ ਰਹਿੰਦਾ ਹੈ। ਅਤੇ ਹੁਣ ਉਹਦਾ ਗਾਣਾ ਆਇਆ ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ, ਉਹ ਬਹੁਤ ਗਾਣਾ ਚੱਲਦਾ। ਅਤੇ ਇਹਨਾਂ ਦਾ ਦੱਸਾਂ ਵੀ ਕਲਾਕਾਰਾਂ ਦਾ, ਹੁਣ ਦੇਖੋ ਆਮਿਰ ਖਾਨ ਹੈ, ਆਮਿਰ ਖਾਨ ਦੀ ਫਿਲਮ ਆਉਣੀ ਸੀਗੀ, ਇਹ ਗੱਲਾਂ ਚੱਜ ਦੀਆਂ ਆ, ਇਹਨੂੰ ਐਂ ਨਾ ਸਮਝੋ, ਆਮਿਰ ਖਾਨ ਦੀ ਫਿਲਮ ਆਉਣੀ ਸੀ ਪਰ ਉਹਨੂੰ ਪਤਾ ਸੀ ਵੀ ਉਹਨੇ ਇੱਕ ਨਵੀਂ ਕੁੜੀ ਨਾਲ, ਆਪਣੀ ਜਿਹੜੀ ਕੁੜੀ ਉਹ ਇੱਕ ਫਿਲਮ ਵਿੱਚ ਉਹਦੀ ਬੇਟੀ ਬਣੀ ਸੀ, ਉਹਦੇ ਨਾਲ ਹੀ ਵਿਆਹ ਕਰਵਾਇਆ ਅਤੇ ਉਹਨੇ ਆਪਣੀ ਫਿਲਮ ਰੋਕਤੀ, ਲੇਟ ਕਰਤੀ ਫਿਲਮ। ਉਹ ਸਮਝਦੇ ਆ ਇਹਨਾਂ ਦੀਆਂ ਗੱਲਾਂ, ਇਹਨਾਂ ਦੀਆਂ ਵੀ ਇਹਨਾਂ ਦੀ ਆਦਤ ਕੀ ਹੈ ਸਾਡੇ ਬੰਦਿਆਂ ਦੀ, ਇਹ ਭੁੱਲ ਜਾਂਦੇ ਛੇਤੀ, ਫਿਰ ਕੱਢ ਦਿੰਦੇ। ਇਹ ਭੁੱਲ ਪੁਣ ਭੁਲੱਕੜ ਪੁਣੇ ਦਾ ਹੀ ਸਾਡੇ ਦਾ ਫਾਇਦਾ ਲੈਂਦੇ ਆ। ਅਤੇ ਦਲਜੀਤ ਦੋਸਾਂਝ ਸਾਹਿਬ ਦਾ ਆਹ ਮਸਲਾ ਆ, ਇਹਦੀ ਕਿਸੇ ਗੱਲ 'ਚ ਨਾ ਆਓ। ਅਤੇ ਜਿਹੜੇ ਬੰਦੇ ਕਹਿੰਦੇ ਆ ਕਿ ਸਿੱਖੀ ਨੂੰ ਪ੍ਰਮੋਟ ਕਰਦੇ ਆ, ਦਮਾਲੇ ਬੰਨੇ ਹੋਏ ਆ ਫਲਾਨਾ, ਤੁਸੀਂ ਇਹ ਸੋਚੋ ਵੀ ਦਮਾਲਿਆਂ ਵਾਲਾ ਬੰਦਾ, ਦਮਾਲਿਆਂ ਵਾਲੇ ਬੰਦੇ ਅਤੇ ਹਰ ਸਿੰਗਰ ਹੀ ਨਾਲ ਲਈ ਫਿਰਦਾ। ਹੁਣ ਤੁਸੀਂ ਆਹ ਦੇਖ ਸਕਦੇ ਹੋ, ਹਰ ਬੰਦੇ ਦੇ ਨਾਲ ਦਮਾਲੇ ਵਾਲਾ ਬੰਦਾ ਇੱਕ ਹੈਗਾ ਹੀ ਆ ਸਿੰਗਰ ਨਾਲ, ਜਿਹੜਾ ਸਿੰਗਰ ਸ਼ਰਾਬਾਂ ਪੀਂਦਾ ਸਭ ਕੁਛ ਕਰਦਾ, ਅਸੀਂ ਵੀ ਪੀਂਦੇ ਰਹੇ ਪਰ ਅਸੀਂ ਐਂ ਨਹੀਂ ਕਹਿੰਦੇ, ਇਹ ਚੀਜ਼ਾਂ ਨਹੀਂ ਅਸੀਂ ਕੀਤੀਆਂ, ਹੈ ਨਾ। ਸਿੱਖੀ ਦੇ ਬਾਰੇ ਜਿਹੜੇ ਸਿੱਖੀ ਦਾ ਸਹਾਰਾ ਲੈ ਕੇ ਫਿਲਮ ਲੈਣ ਨੂੰ ਬਦਨਾਮ ਕਰਦੇ, ਉਹਨਾਂ ਨੂੰ ਮੈਂ ਬਹੁਤ ਵਾਰੀ ਗੱਲ ਕਹੀ ਆ
ਤਾਂ ਹੀ ਮੇਰੇ ਵਿਰੋਧੀ ਬਣੇ ਕਿ ਭਾਈ ਜੇ ਤੁਸੀਂ ਸਿੱਖ ਬੰਦੇ ਕੁਛ ਕਰਦੇ ਹੋ ਤਾਂ ਕੌਮ ਬਦਨਾਮ ਹੈ, ਜੇ ਸਾਡੇ ਵਰਗਾ ਕੁਛ ਕਰਦਾ ਤੇ ਅਸੀਂ ਬਦਨਾਮ ਹੈ, ਸਾਡਾ ਕੋਈ ਧਰਮ ਨਹੀਂ ਪਤਾ। ਸੋ ਇਹ ਚੀਜ਼ਾਂ ਸਮਝਦੇ ਨਹੀਂ ਲੋਕ, ਸਮਝਿਆ ਕਰੋ ਭਰਾ, ਤੁਸੀਂ ਸਮਝਦੇ ਹੋ। ਸਭ ਤੋਂ ਪਹਿਲਾਂ ਐਨੀਮਲ ਫਿਲਮ ਦਾ ਵੀ ਜਾਂ ਹੋਰ ਕਈ ਮਸਲਿਆਂ ਬਾਰੇ ਸਭ ਤੋਂ ਪਹਿਲਾਂ ਮੈਂ ਦੱਸਿਆ, ਸਾਡੇ ਚੈਨਲ 'ਤੇ ਦੱਸਿਆ, ਉਸ ਤੋਂ ਬਾਅਦ ਬਾਕੀ ਲੋਕ ਇਹ ਗੇਮਾਂ ਕਰਦੇ ਆ। ਬਾਕੀ ਜਿਨ੍ਹਾਂ ਨੇ ਨੈਗੇਟਿਵ ਬੋਲਣਾ ਬੋਲੀ ਜਾਓ ਤੁਹਾਡੇ। ਅਤੇ ਇੱਕ ਗੱਲ ਹੋਰ, ਤੁਸੀਂ ਸੋਚ ਕੇ ਦੇਖੋ ਭਈ ਇਹ ਬੰਦੇ ਜਦੋਂ ਇਹਨਾਂ ਨੇ ਕੋਈ ਆਪਣਾ ਬਿਜ਼ਨਸ ਕਰਨਾ ਹੁੰਦਾ, ਮਰਿਆਂ 'ਤੇ ਬਿਜ਼ਨਸ ਕਰਦੇ ਆ। ਜਦੋਂ ਹੁਣ ਆਪਣਾ ਬਿਜ਼ਨਸ ਕਰਨਾ ਤਾਂ ਮਰਿਆ ਹੋਇਆ ਚਮਕੀਲਾ ਵੀ ਨਹੀਂ ਜਿੰਦਾ ਕਰ ਲਿਆ, ਹੁਣ ਚਮਕੀਲੇ ਦੀਆਂ ਦੇ ਪੋਸਟਾਂ ਵਾਇਰਲ ਕਰ ਰਹੇ ਆ, ਠੀਕ ਹੈ, ਅਤੇ ਕਿੰਨਾ ਕੁਛ ਰੌਲਾ ਪੈ ਰਿਹਾ, ਹੁਣ ਆਪਣੀਆਂ ਤਾਂ ਨਾਲ ਨਾਲ ਆਪਣੀਆਂ ਵੀ ਬਣਾ ਕੇ ਵਾਇਰਲ ਕਰ ਰਿਹਾ। ਇਹਨਾਂ ਨੇ ਅੰਬਾਨੀਆਂ ਦੇ ਵਿਆਹ 'ਤੇ ਵੀ ਤੁਸੀਂ ਰੌਲਾ ਪਾਇਆ। ਇਹ ਬੰਦ ਮੈਂ ਕੋਈ ਖਾਸ ਇਹਨਾਂ ਦੁਸ਼ਮਣੀ ਨਹੀਂ, ਪਰ ਇਹਦੇ ਹੱਥ ਜੋੜਨ ਤੋਂ ਮੈਂ ਖੇਡਾਂ, ਡਰਾਮਿਆਂ ਜਿਹਾ ਤੋਂ ਖੇਡਾਂ। ਕਿੱਦਾਂ ਹੱਥ ਜੋੜਦਾ, ਕੀ ਕਰਦਾ, ਇਹਨੂੰ ਔਫ ਕੈਮਰਾ ਮੈਂ ਦੇਖਿਆ ਹੋਇਆ, ਮੈਂ ਇਹਦੇ ਨਾਲ ਕੰਮ ਕੀਤਾ ਆ ਜਾਂ ਇਹਨੇ ਮੇਰੇ ਨਾਲ ਕੀਤਾ ਹੋਇਆ, ਸਮਝ ਸਕਦੇ ਹਾਂ। ਤਾਂ ਜਿਹੜੇ ਝੂਠੇ ਆ ਨਾ ਫਿਲਮ ਲੈਣ ਦੇਣ, ਇਹਨਾਂ ਤਾਂ ਮੈਂ ਆਹੂ ਲਾਊਂ ਪੂਰਾ, ਇਹਨਾਂ ਨੂੰ ਠੋਕ ਕੇ ਜਾਊਂ। ਫਿਕਰ ਨਾ ਕਰੋ, ਮਿਹਰਬਾਨੀ, ਸ਼ੁਕਰੀਆ।